ਇਹ ਹੁਕਮਨਾਮਾ ਸਤਿਗੁਰਾਂ ਨੇ 1938 ਵਿੱਚ ਉਦੋਂ ਪੁਜਾਰੀਆਂ ਵਾਲਾ ਕਿਉਂਕਿ 1919 ਦੀ ਦੀਪਮਾਲਾ ਤੋਂ ਪੁਜਾਰੀਆਂ ਨੇ ਰੌਲਾ ਪਾਇਆ ਸੀ ਇਹ ਨਾਮਧਾਰੀ ਜਿਹੜੇ ਨੇ ਕਲਾਮ ਪੜ੍ਹਦੇ ਹਨ ਮੁਸਲਮਾਨੀ ਕਲਾਮ ਪਰ ਸਿੱਖ ਨਹੀਂ ਹੈ ਅੰਗਰੇਜ਼ ਨੂੰ ਲੋੜ ਸੀ ਕੋਈ ਨਾ ਕੋਈ ਆਦਮੀ ਨੂੰ ਲੱਭਿਆ ਰਹਿੰਦਾ ਸੀ ਉਹਦੀ ਚਾਬੀ ਇਹ ਚੱਲੀ ਸਤਿਗੁਰਾਂ ਨੇ 18-19 ਸਾਲ ਕੁਛ ਨਹੀਂ ਲਿਖਿਆ ਫਿਰ ਇਹ ਹੁਕਮਨਾਮਾ ਬਾਬੇ ਨਰਾਇਣ ਸਿੰਘ ਉਹਦੀ ਰੋਲਿਆਂ ਤੇ ਭੁੱਲ ਗਿਆ ਨਾ ਜਿਹੜੇ ਹੋਰ ਸਿੰਘ ਸਨ ਉਹਨਾਂ ਦੇ ਉਹਨਾਂ ਦੇ ਅਸੀਂ ਭੇਜਿਆ ਔਰ ਐਸੀ ਬਣਾਈ ਹੁਕਮਨਾਮਾ ਲੈ ਕੇ ਗਏ ਬਾਬੇ ਨਰਾਇਣ ਸਿੰਘ ਮੈਨੂੰ ਆਪ ਸੁਣਾਇਆ ਕਹਿਣ ਲੱਗੇ ਜਿਸ ਵੇਲੇ ਉੱਥੇ ਅਸੀਂ ਗਏ ਉਹਨਾਂ ਨੇ ਇਹ ਚਾਲ ਕੀਤੀ ਵੀ ਤੁਹਾਡੇ ਗੁਰੂ ਦਾ ਲਿਖਿਆ ਤੁਸੀਂ ਸੁਣਾਓ ਸਾਨੂੰ ਤੇ ਪੜ੍ਹਨ ਲਾ ਦਿੱਤਾ ਕੋਤਵਾਲੀ ਨੂੰ ਪੁਲਿਸ ਵਾਲਾ ਆਦਮੀ ਭੇਜ ਦਿੱਤਾ ਅਸੀਂ ਹੁਕਮਨਾਮਾ ਪੜ੍ਹ ਕੇ ਸੁਣਾ ਕੇ ਲੈ ਕੇ ਹੁਕਮਨਾਮਾ ਉੱਥੋਂ ਤੁਰਿਆ ਉਹ ਕੋਤਵਾਲੀ ਜਿਹੜਾ ਆਦਮੀ ਆਇਆ ਉਹਨੂੰ ਦੇਰ ਲੱਗ ਗਈ ਜਦੋਂ ਕਿ ਬ੍ਰਹਮ ਬੂਟੇ ਦੇ ਕੋਲੇ ਉੱਥੇ ਅਸੀਂ ਆ ਗਏ ਮੁੜ ਕੇ ਅਕਾਲ ਤਖ਼ਤ ਤੋਂ ਉੱਥੇ ਆ ਕੇ ਸਿਪਾਹੀ ਕਹਿੰਦੇ ਉਹ ਕਿੱਥੇ ਹੈ ਚਿੱਠੀ ਜਿਹੜੀ ਤੁਸੀਂ ਲਿਆਏ ਹੋ ਅਸੀਂ ਆਖਿਆ ਸੀ ਜੋ ਪੁਜਾਰੀਆਂ ਨੂੰ ਦੇ ਆਏ ਹਾਂ ਅਕਾਲ ਗੁੰਗੇ ਕੋ ਹੋਰ ਸਰੂਪ ਪੁਜਾਰੀਆਂ ਕੋ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਪ੍ਰਮਾਣ ਕਰਨੀ ਹੋਰ ਸਿੰਘ ਨਿਹੰਗਾ ਫਤਿਹ ਬੁਲਾਈ ਪ੍ਰਮਾਣ ਕਰਨੀ ਹੋਰ ਸਿੰਘ ਸਾਹਿਬ ਜੀ ਮਤਲਬ ਇਹ ਹੈ ਥੋੜੇ ਹੀ ਮੈਂ ਸਮਝ ਲੈਣਾ ਜਿਨ੍ਹਾਂ ਨੂੰ ਤੁਸੀਂ ਕੂਕੇ ਆ ਰਹੇ ਹੋ ਜੇ ਤਾਂ ਇਹ ਰਚਨਾ ਗੁਰੂ ਦਸਵੇਂ ਪਾਤਸ਼ਾਹ ਨੇ ਰਚੀ ਹੈ ਸਾਰੇ ਕੂਕੇ ਤੇ ਰਾਮ ਸਿੰਘ ਨੂੰ ਵੀ ਜੋ ਅਸੀਂ ਆਉਂਦੇ ਹਾਂ ਸਤਿਗੁਰੂ ਜੇ ਤਾਂ ਇਹ ਕਾਰਨ ਸਾਰਾ ਤੁਸਾਂ ਨੂੰ ਗੁਰੂ ਦਾ ਹੀ ਮਲੂਮ ਪੈਂਦਾ ਹੈ ਤਾਂ ਤੇ ਤੁਸੀਂ ਹੱਥ ਜੋੜ ਕੇ ਸਾਰੇ ਦੇਸ਼ਾਂ ਦੇ ਪੁਜਾਰੀ ਤਨਖਾਹ ਬਖਸ਼ਾਓ ਗੁਰੂ ਬਖਸ਼ ਦੇਵੇਗਾ ਗੱਲ ਮੈਂ ਪੱਲਾ ਪਾ ਗਿਆ ਕੋ ਅਸੀਂ ਭੁੱਲ ਗਏ ਹਾਂ ਗੁਰੂ ਜੀ ਦੇ ਸਾਨ ਨੂੰ ਨਹੀਂ ਜਾਣ ਸਕੇ ਅਰੇ ਉਹ ਹੁਕਮ ਕਬੂਲ ਕਰੋ ਜੋ ਕੂਕੇ ਚੱਲਦੇ ਹੈ ਗੁਰੂ ਬਖਸ਼ ਦੇਵੇਗਾ ਤੁਸੀਂ ਬੜੀ ਮਨਮਤ ਕੀਤੀ ਹੈ ਸਭ ਦੇ ਰਲ ਕੇ ਗੁਰੂ ਜੀ ਦੇ ਹੁਕਮ ਨਾਲ ਦਾਵਾ ਬੰਨਿਆ ਹੈ ਔਰ ਜਾਣਦੇ ਹੋ ਕਿ ਇਹ ਹੁਕਮ ਗੁਰੂ ਜੀ ਦਾ ਨਹੀਂ ਰਾਮ ਸਿੰਘ ਨੇ ਹੀ ਡੂੰਘਾ ਖੜਾ ਕਰ ਲਿਆ ਹੈ ਕਲਾਮ ਪੜ੍ਹ ਕੇ ਤਾਂ ਰਾਮ ਸਿੰਘ ਤੇ ਕੂਕੇ ਤੁਸਾਂ ਦੇ ਅੱਗੇ ਕਿਆ ਚੀਜ਼ ਹੈ ਕਿਉਂਕਿ ਤੁਸੀਂ ਆਪ ਵੀ ਬੜੇ ਥਾਣਾ ਤਖਤਾਂ ਵਾਲੇ ਤੁਹਾਡੇ ਪੱਖੀ ਵੀ ਬਹੁਤ ਬੜੇ ਹਨ ਰਾਜੇ ਬਲਧਾਰੀ ਸਾਰੇ ਰਲ ਕੇ ਇਸ ਬਾਤ ਕੋ ਦੂਰ ਕਰੋ ਕੂਕਿਆਂ ਦੇ ਡੂੰਡੇ ਕੋ ਦੋਵੇਂ ਤੇ ਇੱਕ ਬਾਤ ਕਰੋ ਜੋ ਤੁਹਾਨੂੰ ਅੱਛੀ ਲੱਗੇ ਜੇ ਦੋਵੇਂ ਤੇ ਕੋਈ ਬਾਤ ਨਾ ਕਰੋਗੇ ਤਾਂ ਤੁਹਾਡੇ ਪੇਸ਼ ਆਊ ਉਹ ਤਾਂ ਮੁੱਕ ਗਏ ਹੈ ਕਦੋਂ ਰਹੇ ਹੈ ਤਗੜੇ ਹੋ ਕੇ ਇੱਕ ਬਾਤ ਕਰੋ ਜੇ ਚੁੱਪ ਹੋਣ ਕਰ ਰਹੇ ਤਾਂ ਤੁਹਾਡਾ ਕੰਮ ਬਹੁਤ ਵਿਗੜ ਜਾਵੇਗਾ ਸਭਨਾਂ ਦਾ ਜੋ ਅੱਛੀ ਹੈ ਸੋ ਕਰੋ ਇਹ ਬਾਤ ਝੂਠੀ ਨਾ ਜਾਣਨੀ ਹਮਾਰਾ ਤਾਂ ਜੋ ਵਿਗੜਨਾ ਥਾ ਸੋ ਵਿਗੜਾ ਥਾ ਅਬ ਤੁਹਾਰੀ ਵਾਰੀ ਹੈ ਨਾਲੇ ਤੁਹਾਰੇ ਪੱਖੀ ਹੈ ਜੀ ਇਹ ਜੋ ਲਿਖਾ ਹੈ ਇਸ ਕੋ ਆਵਾਗਮਨ ਨਾ ਜਾਣਨਾ ਜੇ ਗੁਰੂ ਦਾ ਕਹਿਣਾ ਝੂਠਾ ਹੈ ਤਾਂ ਇਹ ਵੀ ਝੂਠਾ ਹੋ ਜਾਊ ਗੁਰੂ ਜੀ ਦਾ ਹੁਕਮ ਦਾ ਸਦਾ ਹੀ ਸੱਚਾ ਹੈ ਤਾਂ ਸੱਚਾ ਹੈ ਹੁਣ ਦੇਰ ਨਾ ਕਰਨੀ ਦੋ ਬਾਤਾਂ ਮੈਂ ਤੇ ਕਰ ਲੈਣੀ ਜਿਸ ਦਿਨ ਤੁਸੀਂ ਕੂਕਿਆਂ ਦੇ ਪੰਜ ਕੋ ਮਿਟਾ ਦੇਵੋਗੇ ਫਿਰ ਅਸੀਂ ਸਾਰੇ ਕੂਕੇ ਤੁਹਾਰੇ ਪਾਸ ਤੇ ਤਨਖਾਹ ਬਖਸ਼ਾ ਲਿਆਵਾਂਗੇ ਉਹਨੇ ਨਹੀਂ ਬਖਸ਼ਾਉਂਦੇ ਭਾਵੇਂ ਤੁਸੀਂ ਕਿਤਨਾ ਬਕੋ ਸਾਰੇ ਇਕੱਠੇ ਹੋ ਕੇ ਪੁਜਾਰੀ ਤੇ ਨਾਲੇ ਕਾਲੀ ਪੋਸਟ ਨਿਹੰਗ ਸਿੰਘ ਥੋੜਾ ਲਿਖਿਆ ਹੈ ਬਹੁਤ ਕਰਕੇ ਸਮਝ ਲੈਣਾ ਜਿੱਥੇ ਜਿੱਥੇ ਅੱਗੇ ਕਲਾਮ ਫੇਰੀ ਹੈ ਲਿਖ ਕੇ ਉੱਥੇ ਇਹ ਅਰਦਾਸ ਦਾ ਵੀ ਹੁਕਮ ਭੇਜ ਦੇਣਾ ਲਿਖ ਕੇ ਉੱਕਣਾ ਨਹੀਂ ਹੁਣ ਇਸ ਬਾਤ ਤੇ ਸਾਰੇ ਅਕਾਲ ਬੰਗਲੇ ਤੇ ਹੀ ਫੈਲੀ ਹੈ ਜੇ ਕਲਾਮ ਕੂਕੇ ਪੜ੍ਹਦੇ ਹੈ ਜਿਸ ਤਰ੍ਹਾਂ ਝੱਕ ਮਾਰੀ ਹੈ ਹੁਣ ਇਹ ਉਹ ਖਬਰ ਕਰਦੇ ਨੀ ਬਈ ਕੂਕੇ ਇਹ ਆਉਂਦੇ ਹੈ ਸਭ ਨੀ ਤਾਈ ਤਗੜੇ ਕਰਦੇ ਹੋ ਅੱਗੇ ਮੈਂ ਸਿੱਖੀ ਨੂੰ ਵੱਧ ਪਾਇਆ ਤੁਸੀਂ ਕਾਨੋ ਜਿਤਨਾ ਚਿਰ ਤੁਸੀਂ ਦੋ ਮਹੀਨੇ ਇੱਕ ਨਹੀਂ ਕਰ ਲੈਂਦੇ ਉਤਨਾ ਚਿਰ ਅਸੀਂ ਤੁਹਾਡੇ ਅੱਗੇ ਤਨਖਾਹ ਬਖਸ਼ਾਉਣ ਨੂੰ ਨਹੀਂ ਖੜੇ ਹੁੰਦੇ ਭਾਵੇਂ ਤੁਸੀਂ ਕਿਤਨਾ ਕਹੋ ਉਤਨਾ ਚਿਰ ਸਾਨੂੰ ਤੁਸਾਂ ਦਾ ਕਹਿਣਾ ਲੱਗਦਾ ਹੈ ਜੈਸੇ ਭੂਤ ਵੀ ਇੱਟ ਹੁੰਦੀ ਹੈ ਭਾਵੇਂ ਕਿਤਨੀ ਵਾਰ ਕਹੋ ਜਿਸ ਵੇਲੇ ਤੁਸੀਂ ਜੋ ਬਾਤਾਂ ਦੋ ਜੋ ਆਖੀਆਂ ਹੈ ਤੁਹਾਨੂੰ ਦੋਵੇਂ ਤੇ ਜਦ ਇਹ ਕਰ ਲਓਗੇ ਤਾਂ ਅਸੀਂ ਆਪ ਹੀ ਤੁਹਾਡੇ ਅੱਗੇ ਹੱਥ ਜੋੜ ਖੜੇ ਹੋ ਜਾਵਾਂਗੇ ਸਾਰੇ ਹੀ ਕੂਕੇ ਜੋ ਮਰਜ਼ੀ ਹੋਵੇ ਸੋ ਤਨਖਾਹ ਲਾਉਣੀ ਹੁਣ ਤੁਸੀਂ ਸਾਨੂੰ ਤਨਖਾਹ ਲਾਉਣ ਨੂੰ ਆਖਣਾ ਨਾ ਦੋਵਾਂ ਬਾਤਾਂ ਮੈਂ ਤੇ ਇੱਕ ਕਰਨ ਦਾ ਉਪਾਅ ਕਰੋ ਜਿਸ ਤਰ੍ਹਾਂ ਬਣਿਆ ਹੋਏ ਤੁਸਾਂ ਤੇ
ਜੇ ਹੁਣ ਨਹੀਂ ਹੁਕਮ ਕਰਨਾ ਤਾਂ ਤੁਸੀਂ ਅੱਗੇ ਹੀ ਚੁੱਪ ਕਰ ਲੈਣਾ ਸੀ, ਤੁਸਾਂ ਦਾ ਕੀ ਨੁਕਸਾਨ ਥਾ? ਹੁਣ ਤਾਂ ਤੁਸਾਂ ਦੀ ਪਦ ਤਾਂ ਹੀ ਰਹਿੰਦੀ ਹੈ ਜੇ ਬਿਟਾ ਦਿਓ ਕੂਕੇ ਪੰਜ ਕੋ। ਨਹੀਂ ਤਾਂ ਜਿੱਥੇ ਜਿੱਥੇ ਕਿਸੇ ਨੇ ਕਲਾਮ ਲਿਖ ਕੇ ਭੇਜੀ ਹੈ ਜੇ ਕਹੀ ਹੈ ਉੱਥੇ ਉੱਥੇ ਤੁਹਾਡੇ ਮੂੰਹ ਤੇ ਮਿੱਟੀ ਪਊਗੀ। ਤੁਸੀਂ ਸਾਰੇ ਇਕੱਠੇ ਹੋ ਕੇ ਭਾਵੇਂ ਮਿਟਾਓ ਭਾਵੇਂ ਥੋੜੇ ਥੋੜੇ ਮਿਟਾਓ, ਜੇ ਤਾਂ ਮਿਲੋ ਹੱਥ ਜੋੜ ਕੇ ਤਨਖਾਹ ਬਖਸ਼ਾਓ। ਜੇ ਮਿਲ ਕੇ ਸਾਡੇ ਨਾਲ ਆਖੋਗੇ ਸਾਨੂੰ ਤਨਖਾਹ ਬਖਸ਼ਾਉਣ ਨੂੰ ਤਾਂ ਵੀ ਅਸੀਂ ਤੁਸਾਂ ਦੇ ਅੱਗੇ ਖੜੇ ਹੋ ਜਾਵਾਂਗੇ। ਹੱਥ ਜੋੜ ਕੇ ਜੋ ਮਰਜ਼ੀ ਹੋਵੇ ਤਨਖਾਹ ਲਾ ਲੈਣ, ਅਸੀਂ ਤੁਸਾਂ ਨੂੰ ਆਪਣਾ ਇਲਾਜ ਆਪ ਹੀ ਦੱਸਦੇ ਹਾਂ, ਜੋ ਤੁਸਾਂ ਨੂੰ ਅੱਛੀ ਲੱਗੇ ਸੋ ਕਰੋ। ਸਾਰੇ ਮਿਲ ਕੇ ਅੱਗੇ ਹੋਰ ਕੀ ਲਿਖਣਾ ਹੈ, ਦੋਵੇਂ ਦੇ ਇੱਕ ਵੀ ਨਾ ਹੋਈ ਤੁਸਾਂ ਦੇ ਤਾਂ ਤੁਸਾਂ ਨੂੰ ਅੱਛੀ ਨਾ ਹੋਊ। ਜਬ ਜਿਹੜੀ ਇਸ ਬਾਤ ਦੀ ਪ੍ਰਤੀਤ ਜਾਣੇ, ਅਸੀਂ ਝੂਠ ਨਹੀਂ ਬੋਲੇ ਇਸ ਬਾਤ ਵਿੱਚ। ਸ੍ਰੀ ਗੁਰੂ ਜੀ ਸਰਬ ਕੇ ਹਿਰਦੇ ਬਸ ਸਵਾਮੀ ਔਰ ਖਾਲਸਾ ਜੀ, ਤੁਸਾਂ ਨੂੰ ਕਈ ਵਾਰ ਹੋਏ ਆ ਕਹਿੰਦਿਆਂ ਨੂੰ ਕਿ ਕੂਕਰਿਓ ਤੁਸੀਂ ਤਾਂ ਬਖਸ਼ਾਓ, ਅਸੀਂ ਇਸ ਤੇ ਨਹੀਂ ਬਖਸ਼ਾਈ। ਤੁਸਾਂ ਨੂੰ ਅਸੀਂ ਜਾਣਿਆ ਜੋ ਆਗੂ ਤੋਂ ਐਨ ਪਰ ਅੰਨੇ ਹੈ, ਮੋਦੀਆ ਫਿਰਾ ਇਹਨਾਂ ਦੀ ਬੁੱਧ ਰੂਪੀ ਨੇਤਰਾਂ ਉੱਤੇ, ਮੋਦੀਆ ਫਿਰਾ ਹੁੰਦਾ ਜਿਸ ਤੇ ਉਹਦੇ ਨੇਤਰ ਦੇਖਣ ਨੂੰ ਤਾਂ ਅੱਛੇ ਹੁੰਦੇ ਹੈ ਪਰ ਨਜ਼ਰ ਨਹੀਂ ਆਉਂਦਾ। ਸੋ ਜੀ ਦੇਖਦੇ ਤਾਂ ਫਿਰ ਸਿੰਘ, ਜਦ ਤੁਸੀਂ ਆਪ ਉੱਠੇ ਕੂਕੇ ਕਲਾਮ ਪੜ੍ਹਦੇ ਹੈ ਸਿੱਖ, ਨਹੀਂ ਤਾਂ ਅਸੀਂ ਮੋਦੀ ਮਿਲਿਆ, ਨਹੀਂ ਤਾਂ ਬਖਸ਼ਾ ਹੀ ਲੈਂਦੇ। ਤੁਸੀਂ ਕੋਈ ਸਾਡਾ ਘਰ ਬਾਰ ਤਾਂ ਨਹੀਂ ਸੀ ਜਬਤ ਕਰ ਲੈਣਾ, ਪਰ ਅਸੀਂ ਆਖਿਆ ਭਾਈ ਇਹਨੇ ਆਗੂਆਂ ਮਗਰ ਨਾ ਲੱਗੋ, ਇਹ ਤਾਂ ਸਾਰੋ ਸਾਰ ਮੁਹਾਉਣ ਵਾਲਾ ਹੈ। ਫਿਰ ਅਸੀਂ ਕਿਹਾ ਭਾਈ ਦੇਖੋ ਤਾਂ ਸਹੀ, ਲੰਬੀ ਤੱਕਣੀ ਅੱਛੀ ਹੈ, ਹੁਣੇ ਨਾ ਮੋਦੀਆ ਦੱਸੋ ਨਾ ਤਨਖਾਹ ਹੀ ਬਖਸ਼ਾਓ, ਜੋ ਕੋਈ ਥੋੜਾ ਬਹੁਤਾ ਹੋਵੇ। ਖੇਤੀ ਦਾ ਕੰਮ ਭੂਤਾਂ ਦਾ ਹੈ, ਹੁਣ ਅਸੀਂ ਜਾਣਿਆ ਹੈ ਜੋ ਤੁਸਾਂ ਨੂੰ ਅਜੇ ਤਾਈ ਕੁਛ ਨਹੀਂ ਦੱਸਣ ਲੱਗਾ, ਕਿਉਂਕਿ ਹੁਣ ਤਾਈ ਇਹਦੇ ਹਕੂਕੇ ਦੀ ਤਨਖਾਹ ਹੀ ਹੈ। ਸੋ ਜੀ ਜੇ ਤਾਂ ਅਸੀਂ ਗੁਰੂ ਦੇ ਰਾਹ ਤੋਂ ਰਾਹ ਤੇ ਹੋਰ ਕੁਛ ਕਰਦੇ ਹੁੰਦੇ ਤਾਂ ਫਿਰ ਤੁਸਾਂ ਨੂੰ ਜਾਣਦੇ ਖਰੇ ਵੱਡੇ ਕਿ ਸਾਡਾ ਪਖੰਡੇ ਨੇ ਨਿਜਾਦ ਕਰ ਲਿਆ ਹੈ। ਅਸੀਂ ਦੋਹਾਂ ਗ੍ਰੰਥ ਸਾਹਿਬਾਂ ਦੀ ਬਾਣੀ ਤੇ ਭਾਈ ਦੀ ਬਾਣੀ ਬਿਨਾ ਹੋਰ ਬਾਣੀ ਨਹੀਂ ਪੜ੍ਹਦੇ, ਗੁਰਮੰਤਰ ਬਿਨਾ ਹੋਰ ਕਿਸੇ ਦਾ ਮੰਤਰ ਵੀ ਨਹੀਂ ਪੜ੍ਹਦੇ। ਇਹ ਕੀ ਕਹਿੰਦੇ ਆ? ਫਿਰ ਅਸੀਂ ਪੱਕ ਜਾਣ ਲਿਆ ਸਰਾਫਾ ਦੀ ਜਗ੍ਹਾ ਤੋਂ ਠੀਕ ਬੈਠੇ ਪਰ ਅੱਖੀ ਬੇਹਲੇ ਆ, ਗੁਰਸ਼ਬਦ ਕਰਕੇ ਜਾਣਿਆ ਗਿਆ। ਗੁਰੂ ਜੀ ਦਾ ਬਚਨ ਹੈ ਨਾਨਕ ਕਹਿੰਦਾ ਹੋਈ ਗਿਆ ਰਤਨਾ ਪਰ ਕੋਈ ਜਾ ਰਹੇ ਰਤਨਾ ਸਾਹਿਬ ਨੂੰ ਜਾਣੀ ਆਵਾ ਆਪਣੇ ਸਾਹਿਬ। ਜਦ ਬੋਲ ਉੱਠੇ ਸੱਚੀ ਮਣੀ ਕੋਈ ਝੂਠੀ, ਝੂਠੀ ਤੋਂ ਸੱਚੀ ਤਾਂ ਸਭ ਲੋਕ ਜਾਣ ਲੈਂਦੇ, ਖਰਾਬ ਤਾਂ ਐਂਦੇ ਹੈ, ਇਹਨਾਂ ਤੋਂ ਕੀ ਪਰਖਾਉਣਾ ਹੈ? ਫਿਰ ਅਸੀਂ ਇਸੇ ਤਰ੍ਹਾਂ ਕਿਹਾ ਦੇਖੋ ਛੇਤੀ ਨਾਮ ਨਹੀਂ ਕਹੋ ਨਾ ਤਨਖਾਹ ਗੁੱਸਾ ਹੋ, ਜੇ ਕੁਛ ਧੁੱਪ ਛਾਉਂ ਦੱਸਣ ਵੀ ਲੱਗ ਜਾਂਦੀ ਹੋਵੇ। ਸੋ ਇਹ ਤਾਂ ਨਹੀਂ ਲੱਗੀ ਧੁੱਪ ਛਾਉਂ ਦੱਸਣ, ਕਿਉਂ ਜੋ ਤੁਸੀਂ ਹੁਣ ਤਾਂ ਆਉਂਦੇ ਹੋ ਤਨਖਾਹ ਗੁੱਸਾ ਹੋ, ਸੱਚੀ ਮਣੀ ਨੂੰ ਝੂਠੀ ਦੱਸੀ ਜਾਂਦੇ ਹੋ, ਤੁਸੀਂ ਪੱਕੇ ਇੰਨੇ ਖਰਾਬ ਹੋ। ਇਸ ਕਰਕੇ ਅਸੀਂ ਚੁੱਪ ਕਰਦੇ, ਗੁਰੂ ਜੀ ਦਾ ਬਚਨ ਹੈ ਛੇਤੀ ਕਰਨੀ ਮਨੁੱਖਾਂ ਦਾ ਕੰਮ ਨਹੀਂ ਭੂਤਾਂ ਦਾ ਕੰਮ ਹੈ। ਸੋ ਜੀ ਅਸੀਂ ਭੂਤਾਂ ਦਾ ਕੰਮ ਨਹੀਂ ਕੀਤਾ, ਤੁਸੀਂ ਭੂਤਾਂ ਦਾ ਕੰਮ ਕੀਤਾ ਹੈ, ਕੁਛ ਨਹੀਂ ਦੇਖਿਆ, ਕੀਤ ਨਹੀਂ ਕੀਤੀ, ਸਾਰੇ ਹੀ ਮਿਲ ਕੇ ਸੱਚੀ ਮਣੀ ਨੂੰ ਝੂਠੀ ਆਖਣ ਲੱਗ ਗਏ। ਤੁਹਾਡਾ ਸੁਭਾਅ ਭੂਤਾਂ ਦਾ ਜਾਣ ਕੇ ਨਹੀਂ ਤੁਹਾਡੇ ਤਨਖਾਹ ਦਵਾਈ, ਪਰ ਫੇਰ ਵੀ ਤਨਖਾਹ ਲਾਉਣ ਵਾਸਤੇ ਹੁਣ ਵੀ ਖੜੇ ਹੋ ਜਾਂਦੇ ਹੱਥ ਜੋੜ ਕੇ, ਜੇ ਦੋ ਬਾਤਾਂ ਮਿਲਦੇ ਤੁਸੀਂ ਇੱਕ ਕਰ ਲਓ ਰਲ ਕੇ, ਜੇ ਤਾਂ ਕੂਕਾ ਪੰਗ ਮਟਾਓ, ਜੇ ਝੂਠੀ ਮਣੀ ਹੈ ਤਾਂ ਇਸਕੋ ਦੂਰ ਕਰੋ, ਜੇ ਕੂਕੇ ਝੂਠੀ ਮਣੀ ਪੱਲੇ ਪੱਲੇ ਕਰਦੇ ਹੈ ਤਾਂ ਇਸਕੋ ਸਟਾਓ, ਜੇ ਕੁਛ ਨਹੀਂ ਕਰਦੇ ਹੁਣ ਤਾਂ ਪਹਿਲੇ ਖੰਡ ਕਿਉਂ ਉਠਾਈ ਸੀ, ਕਿਉਂ ਹੀ ਕੁੰਡੀ ਰੌਲੀ ਪਾਈ? ਅੱਛਾ ਦੇਖ ਲਓ ਜੋ ਬਣ ਗਈ ਸੋ ਬਣਾਓ, ਪਰ ਸਾਨੂੰ ਤਾਂ ਝੂਠੀ ਮਣੀ ਤੁਸਾਂ ਦੇ ਪਾਸ ਦਿਸਦੀ ਹੈ। ਅੱਗੇ ਗੁਰੂ ਜਾਣੇ ਅਸੀਂ ਕੂਕੇ ਤੁਸਾਂ ਦੇ ਪੁਸ਼ਾਰੀ ਹਾਂ, ਤੁਸੀਂ ਕੁਛ ਕਰੋ, ਮੋਹਰਾ ਤੁਸਾਂ ਦਾ ਹੈ, ਜੋ ਤੁਸਾਂ ਨੂੰ ਅੱਛੀ ਲੱਗੇ ਸੋ ਕਰੋ, ਝੂਠਾ ਦਾ ਭਾਵੇਂ ਵੱਡਾ ਹੋਵੇ ਭਾਵੇਂ ਝੂਠਾ ਛੋਟਾ ਹੋਵੇ, ਦੋਹਾਂ ਨੂੰ ਪੁਆਰੀ ਹੈ। ਅਜੇ ਵੀ ਦੇਖ ਲਓ ਜੋ ਝੂਠੀ ਮਣੀ ਕੂਕਿਆਂ ਪਾਸ ਹੈ, ਤੁਸੀਂ ਝੂਠ ਬੋਲ ਕੇ ਸੁਣਾਇਆ ਹੈ, ਦੇਸ ਦੇਸ਼ ਮੈਂ ਬਹੁਤਾ ਕੀ ਹੁਣ ਲਿਖਣਾ ਹੈ, ਥੋੜੇ ਲਿਖੇ ਕੋਈ ਬਹੁਤਾ ਕਰਕੇ ਸਮਝ ਲੈਣਾ। ਹੋਰ ਸਿੰਘ ਸਾਹਿਬ ਜੀ ਸਾਡੀ ਇਹ ਅਰਜ਼ ਹੈ, ਜੋ ਤੁਸੀਂ ਸਾਲ 1919 ਕਤਕਵਤੀ ਦੀਪਮਾਲਾ ਤੇ ਆਖਣ ਲੱਗੇ ਹੋ ਕੂਕਿਓ, ਤੁਸੀਂ ਤਨਖਾਹੀ ਹੋ, ਤਨਖਾਹ ਨਵਾਜ ਦੇ ਨਾ ਤੁਹਾਨੂੰ ਸੱਚੀ ਮੱਤਾ ਦੇਖਣ ਨੂੰ ਦੇਣਾ ਹੈ, ਨਾ ਤੁਸਾਂ ਦੀ ਅਰਦਾਸ ਕਰਨੀ ਹੈ, ਹੋਰ ਵੀ ਮਾਰ ਕੁੱਟ ਗਾਲ ਗਲੋਚ ਬਹੁਤ ਕੀਤੀ ਹੈ ਬਿਨਾਂ ਭਲਿਆਈ। ਸੋ ਅੱਜ ਤਾਈਂ ਤੁਹਾਨੂੰ ਅਸੀਂ ਕੋਈ ਉੱਤਰ ਨਹੀਂ ਦਿੱਤਾ ਮੋੜ ਕੇ, ਸੋ ਅਸੀਂ ਹੁਣ ਇਸ ਬਾਤ ਦਾ ਉੱਤਰ ਦਿੰਦੇ ਹਾਂ। ਇਸ ਅਰਦਾਸ ਦੇ ਆਪ ਨੇ ਲਿਖਿਆ ਹੈ ਕਿ ਤੁਸੀਂ ਹੱਥ ਜੋੜ ਕੇ ਤਨਖਾਹ ਲਵਾਓ, ਸੋ ਅਸੀਂ ਤੁਸਾਂ ਨੂੰ ਦੋਵੇਂ ਬਾਤਾਂ ਛੱਡੀਆਂ, ਅਸੀਂ ਤੁਸਾਂ ਦੇ ਅੱਗੇ ਹੱਥ ਜੋੜ ਖੜੇ ਹੁੰਦੇ ਹਾਂ, ਹੱਥ ਜੋੜ ਕੇ ਖੜੇ ਹੁੰਦੇ ਹਾਂ, ਜੋ ਤੁਹਾਡੀ ਮਰਜ਼ੀ ਹੈ ਤਨਖਾਹ ਲਾਓ, ਸਾਨੂੰ ਪ੍ਰਵਾਨ ਹੈ, ਅਸੀਂ ਹਾਰੇ ਤੁਸੀਂ ਜਿੱਤੇ ਪਰ ਸਾਡੇ ਨਾਲ ਮਿਲ ਜਾਓ। ਗੁਰੂ ਦਾ ਕੰਮ ਜਾਣ ਕੇ ਤੁਹਾਨੂੰ ਸਭ ਮਾਫ, ਜਿਤਨਾ ਤੁਸੀਂ ਵਾਅਦਾ ਕੀਤਾ ਹੈ ਜਾਂ ਨਹੀਂ ਕੀਤਾ, ਪਰ ਇਤਨੀ ਬਾਤ ਤੁਸੀਂ ਆਖਦੇ ਹੋ ਜੋ ਕੂਕਾ ਪੰਥ ਗੁਰੂ ਜੀ ਦਾ ਹੀ ਕੀਤਾ ਹੋਇਆ ਹੈ, ਸਾਰੇ ਜਿੱਥੇ ਅੱਗੇ ਆਖਿਆ ਜੋ ਕੂਕਾ ਪੰਥ ਗੁਰੂ ਦਾ ਨਹੀਂ ਹੈ, ਆਓ ਸਾਰੇ ਮਿਲੋ ਛੇਤੀ, ਜੇ ਤੁਹਾਨੂੰ ਗੁਰੂ ਦਾ ਨਹੀਂ ਗੁਰੂ ਹੁੰਦਾ
ਰਾਮ ਸਿੰਘ ਨੇ ਝੂਠੀ ਬਾਤ ਬਣਾ ਲਈ ਹੈ ਕਲਾਮ ਪੜ੍ਹ ਕੇ ਗੁਰੂ ਜੀ ਦਾ ਉਹ ਨਹੀਂ ਫੂਕਾ ਪੰਥ ਫੂਕਾ ਤੁਸੀਂ ਫੂਕੇ ਪੰਥ ਨੂੰ ਘਟਾ ਦਿਓ ਇਕੱਠੇ ਹੋ ਕੇ ਜਿਤਨਿਆਂ ਦੇ ਮਿਟਦਾ ਹੈ ਵੱਡੇ ਛੋਟੇ ਸਾਰੇ ਲੱਗ ਕੇ ਜਿਸ ਦਿਨ ਤੁਸੀਂ ਫੂਕਾ ਪੰਥ ਘਟਾ ਦਿੱਤਾ ਅਸੀਂ ਫਿਰ ਸਾਰੇ ਫੂਕੇ ਹੱਥ ਜੋੜ ਕੇ ਕਰੇ ਵਜਾਵਾਂਗੇ ਜੋ ਮਰਜ਼ੀ ਹੋਵੇ ਜੋ ਤਨਖਾਹ ਲਾਉਣੀ ਸਾਨੂੰ ਪ੍ਰਵਾਨ ਹੈ ਨਾਲੇ ਤੁਹਾਡਾ ਪਰਉਪਕਾਰ ਮੰਨਾਂਗੇ ਜੋ ਤੁਸੀਂ ਆਪੋਗੇ ਸੋ ਕਰਾਂਗੇ ਕਿਉਂ ਮੰਨਾਂਗੇ ਜੋ ਤੁਸੀਂ ਸਾਨੂੰ ਬੁਰਾਓ ਕਰਕੇ ਗੁਰੂ ਦੇ ਰਾਹ ਪਾਓਗੇ ਜੋ ਗੁਰੂ ਦਾ ਪੰਥ ਨਹੀਂ ਹੋਊ ਤਾਂ ਹੀ ਮਿਟੂਗਾ ਨਾ ਮਨੁੱਖ ਦੀ ਬਣਾਈ ਤਾਂ ਮਨੁੱਖ ਹਟਾ ਸਕਦਾ ਹੈ ਤੇ ਅਕਾਲ ਪੁਰਖ ਦੀ ਬਣਾਈ ਮਨੁੱਖ ਤੇ ਨਹੀਂ ਹੈ ਕੋਈ ਦੁਆ ਕਰੋ ਮੈਂ ਜੋ ਤੁਸੀਂ ਕਰੋ ਤੋ ਸਾਨੂੰ ਪ੍ਰਵਾਨ ਹੈ ਜੇ ਤੁਸੀਂ ਕਹੋ ਮਿਟਾ ਤਾਂ ਦਿੰਦੇ ਸਾਡੀ ਫੌਜਦਾਰੀ ਨਹੀਂ ਅੰਗਰੇਜ਼ ਰਾਜੇ ਹਨ ਤਾਂ ਇਹ ਬਾਲ ਝੂਠ ਹੈ ਫੌਜਦਾਰੀ ਨਾਲ ਖੜਾ ਵੀ ਤਾਂ ਨਹੀਂ ਹੋਇਆ ਦੂਸਰਾ ਪੰਥ ਮੰਤਰ ਸ਼ਕਤ ਨਾਲ ਹੋਇਆ ਤੁਸੀਂ ਵੀ ਮੰਤਰ ਸ਼ਕਤ ਨਾਲ ਮਿਟਾ ਦਿਓ ਤੁਸੀਂ ਕਹਿੰਦੇ ਹੋ ਰਾਮ ਸਿੰਘ ਨੇ ਕੀਤਾ ਦੂਸਰਾ ਪੰਥ ਤੋ ਰਾਮ ਸਿੰਘ ਦਾ ਇਕੱਲੇ ਦਾ ਕੀਤਾ ਤੁਸੀਂ ਸਾਰੇ ਇਕੱਠੇ ਹੋ ਕੇ ਹਟਾ ਦਿਓ ਜੇ ਇੱਕ ਦਾ ਟੀਕਾ ਤੁਹਾਡੇ ਬਹੁਤਿਆਂ ਦੇ ਨਾਂ ਤੇ ਆਪਣੀ ਤਨਖਾਹ ਕੀ ਲਾਓਗੇ ਤੇ ਬਖਸ਼ੋਗੇ ਕੀ ਤਾਂ ਤੁਸਾਂ ਨੂੰ ਨਮੋਸ਼ੀ ਹੋਊ ਸਾਰੇ ਭੋਜਨਾਂ ਨੇ ਤਨਖਾਹ ਲਾਈ ਹੈ ਔਰ ਲਾਉਣ ਨੂੰ ਆਉਂਦੇ ਹੋ ਜਬ ਜਿਹੜੀ ਹੈਗੇ ਤੁਸੀਂ ਜਾਣੋ ਜਿਸ ਪਾਸੇ ਫੂਲ ਹੋਊ ਉਸੇ ਪਾਸੇ ਮੁੱਕ ਜਾਊ ਫੂਲ ਮੈਂ ਫੁਰਤੀ ਚ ਲਾਗੀ ਤਾਂ ਵਧੀ ਹੈ ਪਰ ਦਮ ਜਿਸ ਕੰਮ ਨੂੰ ਤੁਸੀਂ ਲੱਗੋ ਨਾਲੇ ਸਿਹਤ ਸੇਵਾ ਵਾਲਿਆਂ ਕੋਲ ਵੀ ਨਾਲ ਲਾ ਲੈਣਾ ਕੁਝ ਬਾਕੀ ਨਾ ਛੱਡ ਲੈਣੀ ਫੇਰ ਵੀ ਨਾਲੇ ਉਹਨਾਂ ਕੋਲ ਵੀ ਤੁਸੀਂ ਆਪਣੇ ਨਾਲ ਸ਼ਾਮਿਲ ਕਰ ਲੈਣਾ ਜਿਸ ਕੰਮ ਕੋਲ ਤੁਸੀਂ ਲੱਗੋ ਜਿਸ ਜਿਸ ਨੇ ਮੁਕਤਸਰ ਜੀ ਕਲਾਮ ਲਿਖ ਕੇ ਆਪੋ ਆਪਣੀ ਸਹੀ ਪਾ ਕੇ ਫੇਰੀ ਹੈ ਸਾਰੇ ਅਸਥਾਨੀ ਗੁਰਦੁਆਰੇ ਰਾਜਿਆਂ ਸਿੰਘਾਂ ਵਿੱਚ ਸਾਰੇ ਰਾਜੇ ਸਿੰਘ ਕੂਕਿਆਂ ਦਾ ਲਹੂ ਪੇਲ ਲਾ ਦਿੱਤੇ ਹਨ ਜਿੱਥੇ ਕੂਕੇ ਗੁਰੂ ਜੀ ਦਾ ਸਥਾਨ ਜਾਣ ਕੇ ਮੱਥਾ ਟੇਕਣ ਜਾਂਦੇ ਹਨ ਤਾਂ ਅੱਗੇ ਉਹ ਪੁਜਾਰੀ ਸਿੰਘ ਕੂਕਿਆਂ ਨੂੰ ਦੁਰੋ ਦੁਰੋ ਕਰਕੇ ਪੈਂਦੇ ਹਨ ਸਾਰੀ ਗੁਰਦੁਆਰੇ ਜੇ ਉਹਨਾਂ ਨੂੰ ਕੂਕੇ ਪੁੱਛਦੇ ਹੈ ਭਾਈ ਜੀ ਕਿਉਂ ਨਹੀਂ ਮੱਥਾ ਟੇਕਣ ਦਿੰਦੇ ਤਾਂ ਉਹ ਅੱਗੇ ਤੇ ਆਉਂਦੇ ਨੇ ਤੁਸਾਂ ਦਾ ਗੁਰਦੁਆਰੇ ਨਾਲ ਕੀ ਵਾਸਤਾ ਹੈ ਮੁਸਲਿਆਂ ਦਾ ਫਿਰ ਕੂਕੇ ਆਉਂਦੇ ਹਨ ਤੁਸੀਂ ਸਾਨੂੰ ਮੁਸਲੇ ਕਿਸ ਤਰ੍ਹਾਂ ਆਉਂਦੇ ਹੋ ਤਾਂ ਉਹ ਆਉਂਦੇ ਹਨ ਸਾਨੂੰ ਅਕਾਲ ਪੁਰਖ ਤੇ ਲਿਖਿਆ ਆਇਆ ਹੈ ਨਾਲੇ ਮੁਕਤਸਰੋਂ ਲਿਖਿਆ ਆਇਆ ਹੈ ਬੜੇ ਬੜੇ ਮਹੰਤਾਂ ਦੀ ਸਹੀ ਨਾਲ ਐਡੇ ਵੱਡੇ ਮਹੰਤਾਂ ਨੇ ਅੰਮ੍ਰਿਤਸਰੀਆਂ ਅਕਾਲ ਪੁਰਖ ਵਾਲਿਆਂ ਨੇ ਝੂਠ ਨਹੀਂ ਬੋਲਿਆ ਜਾਓ ਪਰੇ ਦੂਰੋਂ ਦੂਰੋਂ ਕਰਕੇ ਟਾਹ ਦਿੰਦੇ ਹੈ ਕੂਕੇ ਫੇਰ ਮੁੜ ਪੈਂਦੇ ਆ ਰਹੇ ਹਨ ਅੱਛਾ ਗੁਰੂ ਕਿਹੜਾ ਪਾਉਣਾ ਤੋ ਇਹ ਅਰਦਾਸ ਤਾਂ ਤੁਸਾਂ ਦੇ ਪਾਸ ਭੇਜੀ ਹੈ ਕੂਕਿਆਂ ਨੇ ਤੁਸੀਂ ਮੁੱਕੋ ਸਾਰੇ ਪੰਜਾਬ ਮੈਂ ਅਕਾਲ ਪੁਰਖ ਵਾਲੇ ਨਾਲੇ ਤੁਹਾਡੇ ਪਾਸ ਇਹ ਸਵਾਲ ਵੀ ਹੈ ਆਪ ਵੀ ਵੱਡੇ ਹੋ ਤੇ ਤੁਹਾਡੇ ਪੱਕੀ ਵੀ ਵੱਡੇ ਹੈ ਰਾਜੇ ਬਲ ਪਾਰੀ ਇਹ ਕਿੱਸਾ ਮੁਕਾਓ ਜਿਸ ਤਰ੍ਹਾਂ ਸੇ ਮੁਕਲਾ ਹੈ ਸਾਰਾ ਵੀ ਤੁਸਾਂ ਦਾ ਹੀ ਕਿਹਾ ਹੈ ਜੋ ਸਿੱਖੀ ਦਾ ਬਾਣਾ ਰੱਖੇ ਔਰ ਪਰੇ ਕਲਾਮ ਉਹ ਵੱਡਾ ਤਨਖਾਹੀਆ ਹੈ ਔਰ ਜੋ ਬਾਣਾ ਵੀ ਸਿੱਖੀ ਦਾ ਹੋਵੇ ਔਰ ਬਾਣੀ ਵੀ ਦੋਵਾਂ ਗ੍ਰੰਥ ਸਾਹਿਬਾਂ ਦੀ ਬਿਨਾਂ ਹੋਰ ਨਾ ਪੜੇ ਮੰਤਰ ਵੀ ਸੋਈ ਪੜੇ ਜੋ ਦਸਾਂ ਗੁਰੂਆਂ ਦਾ ਹੁਕਮ ਹੈ ਉਸ ਕੋ ਦੁਰੋ ਦੁਰੋ ਕਰਨੀ ਨਾਲੇ ਮੁਸਲਾ ਕਹਿਣਾ ਤੁਸੀਂ ਵਿਚਾਰ ਲਓ ਉਹ ਤਨਖਾਹੀਆ ਹੈ ਜਾਂ ਨਹੀਂ ਮਾਰਨਾ ਹਟਾਉਣਾ ਨਾਲੇ ਗੁਰਸ਼ਬਦ ਤੇ ਅਸੀਂ ਤਾਂ ਬਾਣੀ ਗ੍ਰੰਥ ਸਾਹਿਬਾਂ ਦੀ ਕਰਨੀ ਹੈ ਦੋਹਾਂ ਦੀ ਔਰ ਮੰਤਰ ਸੋ ਪੜਨਾ ਹੈ ਜੋ ਦਸਾਂ ਗੁਰਾਂ ਵਿੱਚ ਪ੍ਰਵਾਨ ਹੋਵੇ ਨਿਹੰਗਾਂ ਨਾਤਿਆਂ ਮੈਂ ਵੀ ਸਿੱਖਾਂ ਸਾਧਾਂ ਮੈਂ ਵੀ ਪ੍ਰਵਾਨ ਹੋਵੇ ਪੱਗ ਦਾ ਸਾਨੂੰ ਕੋਈ ਡਰ ਨਹੀਂ ਚਾਹੇ ਕਿਸੇ ਵੀ ਲਏ ਚਾਹੇ ਨਾ ਲਏ ਜੇ ਡਰ ਹੋ ਤਾਂ ਜਿਹਨਾਂ ਦਾ ਹੁਕਮ ਹੈ ਇਹ ਮੰਤਰ ਔਰ ਬਾਣੀ ਪੜਨ ਦਾ ਉਹ ਜਾਣਨ ਦਸੇ ਗੁਰੂ ਜੇ ਤੁਸੀਂ ਕਹੋ ਅਠਾਰਾਂ ਵਰਸਾਂ ਪਿੱਛੋਂ ਕਿਉਂ ਇਹ ਬਾਤ ਲਿਖੀ ਹੈ ਅਸੀਂ ਤੁਸਾਡੇ ਵੱਲ ਦੇਖਦੇ ਰਹੇ ਕਿ ਅੱਜ ਮੁੜਦੇ ਹਾਂ ਕੱਲ੍ਹ ਕੋ ਮੁੜੇ ਜਾਂ ਤੁਸੀਂ ਨਹੀਂ ਮੁੜੇ ਅਠਾਰਾਂ ਵਰਸਾਂ ਹੀ ਤਾਂ ਲਿਖੀ ਹੈ ਇਹ ਅਰਦਾਸ ਤੁਸਾਂ ਬੰਨੇ ਜੋ ਹੁਣ ਕੁਛ ਕਰੋ ਜੋ ਪਿੱਛੇ ਲਿਖਾ ਹੈ ਨਹੀਂ ਤਾਂ ਅਸੀਂ ਸਾਰੀ ਚੀਜ਼ ਤੁਹਾਨੂੰ ਮੋੜ ਦੇਵਾਂਗੇ ਕੁਛ ਹੋਰ ਵੀ ਵਿਆਜ ਵਜੋਂ ਦੇਵਾਂਗੇ ਜਿਹੜਾ ਸੁਭਾਅ ਤੁਸੀਂ ਸਾਡੇ ਨਾਲ ਵਰਤਿਆ ਵਰਤੇ ਸਾਰੇ ਹੀ ਜੇ ਆਪੋ ਕੱਲ੍ਹ ਗੁਰੂ ਜਨ ਉੜਾਊਗਾ ਫਿਰ ਨਹੀਂ ਦੇਰ ਕਰਨੀ ਜੇ ਅਸੀਂ ਮੋੜਨ ਜੋਗੇ ਹੁੰਦੇ ਹੁਣ ਤਾਂ ਇਹ ਦੇਰ ਕਿਉਂ ਕਰਦੇ ਭਾਈਚਾਰੇ ਦੀ ਭਾਜੀ ਕਿਉਂ ਰੱਖਦੇ ਸਿਰ ਤੇ ਨਾਲੇ ਹੋਰ ਵੀ ਬਾਤ ਹੈ ਜੋ ਗੁਰੂ ਜੀ ਨੇ ਲਿਖਿਆ ਬਿਨਾਂ ਵਿਚਾਰੇ ਅੱਛੀ ਤਰ੍ਹਾਂ ਦੇਖੇ ਛੇਤੀ ਕਰਨੀ ਧੀਰਜ ਨਾ ਕਰਨਾ ਇਹ ਉਹ ਕੰਮ ਮਨੁੱਖਾਂ ਦਾ ਨਹੀਂ ਇਹ ਉਹ ਕੰਮ ਭੂਤਣਿਆਂ ਦਾ ਹੈ ਕਵਿਤਾ ਮੈਂ ਲਿਖਿਆ ਜੋ ਤੁਸੀਂ ਕੰਮ ਭੂਤਣਿਆਂ ਦਾ ਕੀਤਾ ਅਸੀਂ ਨਹੀਂ ਕੀਤਾ ਭੂਤਾਂ ਦਾ ਪਰ ਤੁਹਾਨੂੰ ਕੰਮ ਨੂੰ ਹੋਊ ਜਾਂ ਤੁਹਾਡੇ ਨੇਤਰਾਂ ਤੋਂ ਛਾਈ ਲਊਗੀ ਕਾਫਲੀ ਦੀ ਅਜੇ ਤੁਹਾਡੀ ਮਤ ਪੂਜਾ ਵਿੱਚ ਛਾਈ ਹੋਈ ਹੈ ਮਸੰਦਾ ਜੀ ਤਰ੍ਹਾਂ ਦੋਹਾਂ ਮਾਤਾ ਮੈਂ ਇਸ ਕਰੇ ਬਿਨਾਂ ਹੁਣ ਤੁਹਾਡਾ ਪਿੱਛਾ ਨਹੀਂ ਛੋੜਦੇਗੇ ਕਿ ਮਿਲੋ ਕਿ ਮਿਟਾਓ ਜੋ ਤੁਹਾਨੂੰ ਅੱਛੀ ਲੱਗੇ ਸੋ ਕਰੋ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਬੁਲਾਈ ਪ੍ਰਵਾਨ ਕਰਨਗੀ ਸਾਰੇ ਖਾਲਸੇ ਜੀ ਕੋ ਸਾਰੇ ਕੂਕਿਆਂ ਦੀ ਥੋੜ੍ਹਾ ਲਿਖਾ ਬਹੁਤ ਕਰਕੇ ਸਮਝ ਲੈਣਾ ਜਿਹੜਾ ਤੇ ਤੁਹਾਨੂੰ ਅਰਦਾਸ ਦੇਵੇ ਉਸਨੂੰ ਤੁਸੀਂ ਆਪਣਾ ਅੰਗੂ ਸੁਲਾ ਦੇਣਾ ਜੋ ਬਾਤ ਤੁਸੀਂ ਕਰਨੀ ਹੋਵੇ ਮਹੀਨੇ ਦੋ ਚਾਰ ਤਾਈਂ ਤੁਹਾਡਾ ਹੁਕਮ ਕੂਕਿਆਂ ਕੋ ਸੁਣਾ ਦੇਵੇਗਾ ਇਹ ਅਰਦਾਸ ਪਹੁੰਚੇ ਸ੍ਰੀ ਅੰਮ੍ਰਿਤਸਰ ਜੀ ਅਕਾਲ ਹੋਵੇ